ਵੈਸੇ ਆਪਣੇ ਤਿੰਨ ਚਾਰ ਚੀਜ਼ਾਂ ਹੋ ਚੁੱਕੀਆਂ ਮੈਂ ਭੈੜੀ ਭੈਣੀ ਆਹੋ ਸੋ ਆਪਾਂ ਉਧਰਲੀ ਸਾਈਡ ਚੱਲ ਜਾਈਏ ਤੇ ਕੀ ਆ ਜਾਂਦੇ ਆ ਨਾ ਇਹਨੇ ਪੰਗੇ ਲੈ ਨਹੀਂ ਪੰਗੇ ਲਈ ਦੇਨੇ ਆਪਾਂ ਭਜਦੇ ਜਾਂਦੇ ਆ ਇਹ ਚ ਬਹਿ ਜੀ ਸ਼ੁਕਰਿਆ ਸ਼ੁਕਰਿਆ ਬਸ ਖਲਾਰ ਲਵੇ ਖਲਾਰ ਲੈ ਲੈਣਾ ਦੇ ਕਰਕੇ ਚੀਜ਼ਾਂ ਦਾ ਜ਼ੋਰ ਹੈ हेलो गाइस दिस इज मी सिंह 16 ਤੇ ਕਿਦਾਂ ਵੀਰ ਸਾਰੇ ਪਹਿਲਾਂ ਤੇ ਸਾਰਾ ਦਾ ਕਰਦੇ ਆਂ ਜੀ ਵੈਲਕਮ ਅੱਜ ਦੇ ਨਵੇਂ ਵਲੌਗ ਵਿੱਚ ਇਧਰਲੀ ਸਾਈਡ ਆਪਾਂ ਕੋਟ ਖਾਲਸਾ ਵਾਲੀ ਸਾਈਡ ਆਏ ਆਂ ਇੱਧਰ ਸੁਣਿਆ ਸੀਗਾ ਫਲੈਟਸ ਆ ਜਿਹੜੇ ਬਹੁਤ ਜ਼ਿਆਦਾ ਡਰਾਵਣੇ ਮੰਨੇ ਜਾਂਦੇ ਠੀਕ ਆ ਅੱਧੀ ਰਾਤੀ ਪਹੁੰਚੇ ਆਪਾਂ 3 ਵਜੇ ਦਾ ਲੱਗੇ ਟਾਈਮ ਹੋ ਗਿਆ ਦੇਖਦੇ ਆਂ ਆਪਾਂ ਕੋਟ ਖਾਲਸਾ ਲੱਗੇ ਫਲੈਟਸ ਆ ਤੇ ਬਹੁਤ ਜ਼ਿਆਦਾ ਡਰਾਵਣੇ ਮੰਨੇ ਜਾਂਦੇ ਪਹਿਲੇ ਕਲਿੱਪ ਥੋੜਾ ਜਿਹਾ 5x ਆਪਣਾ ਸ਼ੂਟ ਹੋ ਗਿਆ ਸੀਗਾ ਤੇ ਕੁਆਲਿਟੀ ਥੋੜੀ ਘੱਟ ਗਈ ਹੋਣੀ ਹਨਾ ਕੀ ਹੋਇਆ ਕੰਬੜ ਘੋੜਿਆ ਵਾ ਉਹ ਮੈਨੂੰ ਠੰਡ ਲੱਗਣ ਦੀ ਠੰਡ ਲੱਗਣ ਦੀ ਆ ਮੈਨੂੰ ਡਰਾਤਾ ਸੋ ਯਾਰ ਤੁਹਾਨੂੰ ਇੱਕ ਵਾਰੀ ਵਿਊ ਦਿਖਾਉਣਾ ਵਾ ਇਹ ਪੈ ਇਹ ਕੋਟ ਖਾਲਸਾ ਲੱਗੇ ਪੱਟੜੀਆਂ ਦੇ ਲਾਗੇ ਇਲਾਕਾ ਪੈ ਜਾਂਦਾ ਵਾ ਜਿੱਧਰ ਕੁਆਟਰ ਵੀ ਬਣੇ ਆ ਫਲੈਟਸ ਆ ਤੇ ਬਹੁਤ ਜ਼ਿਆਦਾ ਡਰਾਵਣੀ ਲੋਕੇਸ਼ਨ ਆ ਤੇ ਕਈ ਮੈਂ ਕਈ ਯਾਰਾਂ ਦੋਸਤਾਂ ਕੋ ਵੀ ਸੁਣਿਆ ਸੀਗਾ ਕਿ ਯਾਰ ਜਿਹੜੇ ਖਾਲਸਾ ਕਾਲਜ ਵਾਲੀ ਸਾਈਡ ਰਹਿੰਦੇ ਆ ਠੀਕ ਆ ਮੇਰੇ ਯਾਰ ਦੋਸਤ ਉਹ ਵੀ ਦੱਸਦੇ ਸੀਗੇ ਵੀ ਇੱਧਰ ਆਵਾਜ਼ਾਂ ਵੀ ਹੁੰਦੀਆਂ ਜਦੋਂ ਲੰਘਦੇ ਆ ਇੱਧਰ ਉੱਧਰ ਠੀਕ ਆ ਸੋ ਮੈਂ ਸੋਚਿਆ ਯਾਰ ਅੱਧੀ ਰਾਤੀ ਦਿਖਾਇਆ ਸੀ ਉੱਥੇ ਦੇਖਿਆ ਨਾ ਤੁਸੀਂ ਉਹ ਇੱਕ ਹਜੇ ਤੇ ਹਜੇ ਆਪਾਂ ਪਹੁੰਚੇ ਸੀਗੇ ਸਾਨੂੰ ਆਉਂਦਿਆਂ ਸਾਰ ਫੀਲ ਹੋਇਆ ਬਹੁਤ ਖਤਰਨਾਕ ਜਿਹਾ ਮੈਨੂੰ ਇੰਨਾ ਨਹੀਂ ਆਇਆ ਜਿੰਨਾ ਗੋਰੀ ਨੂੰ ਆਇਆ ਫੀਲ ਹਨਾ ਤੁਹਾਨੂੰ ਮੈਂ ਕੈਮਰੇ ਚ ਮੇਰੀ ਸਾਹਮਣੇ ਤੇ ਕੈਮਰੇ ਚ ਅਸਲ ਚ ਆਪਾਂ ਜਦੋਂ ਆਪਾਂ ਦੇਖਦੇ ਪਏ ਸੀ ਤੇ ਮਤਲਬ ਕਿ ਅੱਖੀ ਚ ਸਾਹਮਣੇ ਦੇਖਦੇ ਪਏ ਸੀ ਉਦੋਂ ਸਾਨੂੰ ਫੀਲ ਨਹੀਂ ਹੋਇਆ ਤੇ ਜਦੋਂ ਆਪਾਂ ਵੇਖਿਆ ਕੈਮਰਾ ਖੋਲ ਕੇ ਜਦੋਂ ਫੋਨ ਦਾ ਦੇਖਿਆ ਉਦੋਂ ਸਾਨੂੰ ਪੂਰਾ ਪੂਰਾ ਫੀਲ ਹੋਇਆ ਸੋ ਯਾਰ ਤੁਹਾਨੂੰ ਨਾ ਇੱਕ ਵਾਰੀ ਤੁਹਾਨੂੰ ਮੈਂ ਲੋਕੇਸ਼ਨ ਦਿਖਾਉਣਾ ਕਿੰਨੀ ਜ਼ਿਆਦਾ ਡਰਾਵਣੀ ਲੋਕੇਸ਼ਨ ਆ ਤੇ ਕੋਈ ਬੰਦਾ ਨਹੀਂ ਤਾਂ ਨਜ਼ਰ ਆਉਣਾ ਆਪਾਂ ਸਿਰਫ ਦੋ ਜਣੇ ਪਹੁੰਚੇ ਆ ਸੋ ਤੁਹਾਨੂੰ ਯਾਰ ਇੱਕ ਵਾਰੀ ਮੈਂ ਦਿਖਾਉਣਾ ਵਾ ਵੀ ਕਿੰਨੀ ਕੁ ਡਰਾਵਣਾ ਦੇਖੋ ਪੀੜੀ ਵੇਖ ਲਓ ਤੁਸੀਂ ਕਿੰਨਾ ਡਰਾਵਣਾ ਆ ਦੇਖੋ ਕਿੰਨਾ ਡਰਾਵਣਾ ਤੇ ਉਹ ਦੇਖ ਲਓ ਯਾਰ ਪੂਰਾ ਹਨੇਰਾ ਵਾ ਅੱਗੇ ਜਾ ਕੇ ਫਲੈਟਸ ਆ ਤੇ ਆ ਦੇਖੋ ਸੋ ਉਧਰਲੀ ਸਾਈਡ ਗੋਰੀ ਨੂੰ ਫੀਲ ਹੁੰਦਾ ਸੀਗਾ ਉਹ ਸਾਹਮਣੇ ਉਹ ਦੇਖ ਲਓ ਉਹ ਚਿੱਟੀ ਚੀਜ਼ ਪੂਰਾ ਫੀਲ ਹੁੰਦਾ ਸੀ ਸੋ ਆਪਾਂ ਲਾਗੇ ਜਾ ਕੇ ਦੇਖਦੇ ਹਾਂ ਕੀ ਚੀਜ਼ ਆ ਤੇ ਲਾਗੇ ਚੱਲ ਜਾਓ ਦੂਰੋਂ ਤੁਹਾਨੂੰ ਐਂ ਲੱਗਦਾ ਹੋਊਗਾ ਚਿੱਟੀ ਚੀਜ਼ ਖੜੀ ਆ ਪਰ ਖੜਾ ਕੁਛ ਨਹੀਂ ਆ ਅਸਲ 'ਚ ਬੋਕਸ ਆ ਤੁਹਾਨੂੰ ਟੋਰਚ ਔਨ ਕਰਕੇ ਦਿਖਾਉਂਦਾ ਇੱਥੋਂ ਆਹ ਦੇਖੋ ਆਹ ਬੋਕਸ ਹੀ ਸੀਗਾ ਇੱਕ ਪਰ ਇਹੋ ਜਿਹੀ ਜਗ੍ਹਾ 'ਤੇ ਜਦੋਂ ਬੰਦਾ ਹੋਵੇ ਨਾ ਦੂਰੋਂ ਜਦੋਂ ਦੇਖੇ ਤੇ ਐਂ ਲੱਗਦਾ ਪਿਆ ਸੀ ਜਿੱਦਾਂ ਕੋਈ ਸਪਿਰਿਟ ਖੜੀ ਆ ਜਿੱਦਾਂ ਕੋਈ ਭੂਤ ਨਹੀਂ ਖੜੀ ਆ ਯਾਰ ਇੱਦਾਂ ਦੇ ਛੋਟੇ ਛੋਟੇ ਭੁਲੇਖਿਆਂ ਤੋਂ ਬੰਦਾ ਡਰ ਜਾਂਦਾ ਵਾ ਸੁਨਸਾਨ 'ਚ ਜਗ੍ਹਾ 'ਤੇ ਆ ਕੇ ਕਈ ਵਾਰੀ ਹੁੰਦਾ ਕੁਛ ਵੀ ਨਹੀਂ ਆ ਪਰ ਇਹ ਵੀ ਨਹੀਂ ਜ਼ਰੂਰੀ ਵੀ ਇੱਧਰ ਚੀਜ਼ਾਂ ਹੁੰਦੀਆਂ ਨਹੀਂ ਹੁੰਦੀਆਂ ਜ਼ਰੂਰ ਆ ਠੀਕ ਆ ਪਤਾ ਨਹੀਂ ਲੱਗਦਾ ਕਿਹੜੇ ਲਈ ਚੀਜ਼ ਆਣੀ ਤੇ ਕੋਈ ਟਾਈਮਿੰਗ ਵੀ ਨਹੀਂ ਹੁੰਦੀ ਐਨੀ ਟਾਈਮ ਇਹੋ ਜਿਹੀ ਚੀਜ਼ ਆ ਸਕਦੀ ਹੈ ਕਿਸੇ ਵੀ ਟਾਈਮ ਐਨੀ ਟਾਈਮ ਠੀਕ ਆ ਜੋ ਦਿਨੇ ਵੀ ਆ ਸਕਦੀ ਹੈ ਦੁਪਹਿਰੇ ਵੀ ਆ ਸਕਦੀ ਹੈ ਸ਼ਾਮੀ ਵੀ ਆ ਸਕਦੀ ਹੈ ਹੈ ਕੀ ਆ ਕੋਰੀ ਸੱਚੀ ਭੁਲੇਖਾ ਪਿਆ ਸੱਚੀ ਆ ਤੇ ਯਾਰ ਹੁਣੇ ਪਤਾ ਨਹੀਂ ਗੋਰੀ ਗੋਰੀ ਕੀ ਹੋਇਆ ਕੀ ਭੁਲੇਖਾ ਪਿਆ ਕੁਛ ਮੇਰੇ ਮੁੰਡੇ ਦੇ ਆ ਵੇਖੋ ਟੱਚ ਹੋ ਗਿਆ ਉਹਦੀ ਕੋਈ ਆਵਾਜ਼ ਆਈ ਨਾ ਭੱਜਣ ਵਾਲੀ ਭੱਜਣ ਦੀ ਆਵਾਜ਼ ਆਈ ਕੀ ਹੋਇਆ ਕੀ ਆ ਤੂੰ ਠੀਕ ਆ ਮੈਂ ਠੀਕ ਹਾਂ ਪੱਕਾ ਠੀਕ ਮੈਨੂੰ ਡਰਾਈ ਨਾ ਨਹੀਂ ਡਰਾਉਣਾ ਨਹੀਂ ਆ ਭੱਜਣ ਦੀ ਆਵਾਜ਼ ਆਉਂਦੀ ਨਾ ਡਰੀ ਨਾ ਕੁਛ ਵੀ ਹੋਵੇ ਆਵਾਜ਼ ਵੀ ਆਉਂਦੀ ਡਰੀ ਨਾ ਚੀਕ ਨਹੀਂ ਮਾਰਨੀ ਆਰਾਮ ਨਾਲ ਰਹੀ ਬਸ ਕੀ ਗੋਰੀ ਭੁਲੇਖਾ ਕਾਹਦਾ ਸੀ ਤੈਨੂੰ ਭੁਲੇਖਾ ਕਾਹਦਾ ਪਿਆ ਦੱਸਣ ਵਾਲੀ ਨਹੀਂ ਚੀਜ਼ ਹੈ ਉਹ ਤੁਹਾਨੂੰ ਵੀ ਪਤਾ ਤੇ ਤੁਹਾਨੂੰ ਪਤਾ ਕੀ ਹੋ ਰਿਹਾ ਮੇਰੀ ਦੀਦੀ ਨਾਲ ਕੀ ਹੋਇਆ ਹਾਂ ਚੇਤਾ ਨਾ ਤੁਹਾਨੂੰ ਹਾਂ ਬਸ ਫਿਰ ਉਹ ਭੁਲੇਖਾ ਪਿਆ ਉਹ ਭੁਲੇਖਾ ਉਹ ਦੇਖ ਲਓ ਯਾਰ ਉਹਦਾ ਕੋਈ ਵੀ ਪਰਸਨ ਕੋਈ ਰੈਂਡਮਲੀ ਹੁੰਦਾ ਵੀ ਨਾ ਉਹ ਚਿੱਟੀ ਚੀਜ਼ ਦੇਖ ਕੇ ਉਹ ਡਰ ਜੂਗਾ ਉਹ ਜਿਹੜੀ ਚਿੱਟੀ ਚੀਜ਼ ਆ ਪਰ ਉਹ ਹੈਗਾ ਕੁਛ ਨਹੀਂ ਅਸਲ 'ਚ ਤੇ ਤੁਹਾਨੂੰ ਪਹਿਲਾਂ ਕਿ ਮੈਂ ਦਿਖਾ ਚੁੱਕਿਆ ਵਾਂ ਤੇ ਕੀ ਆ ਦੇਖੋ ਉਹ ਤੁਹਾਡੀ ਭੈਣ ਨੂੰ ਲਾ ਕੇ ਦੇਖ ਫੜਿਆ ਹੋਏਗਾ ਲਾ ਕੇ ਦੇਖ ਸੀਰੀਅਸਲੀ ਕਹਿਣਾ ਗੋਰੀ ਮੈਂ ਓਏ ਉਹ ਤੇਰੀ ਭੈਣ ਨੂੰ ਨਿਸ਼ਾਨ ਚੈੱਕ ਕਰੋ ਪਾਲਾ ਝਾੜ ਦੇ ਕੁਛ ਨਹੀਂ ਹੁੰਦਾ ਲੱਗਾ ਨਾ ਆਪਾਂ ਨਹੀਂ ਡਰੀਦਾ ਘਰ ਸੋ ਦੇ ਪਏ ਯਾਰ ਹੁਣ ਆਪਾਂ ਗਾਂ ਨੂੰ ਜਾਣਦੇ ਆ ਆ ਰੇੜਾ ਜਿਹਾ ਲੱਗਾ ਇੱਥੇ ਤੇ ਆ ਦੇਖ ਲਓ ਚਿੱਟੀ ਚੀਜ਼ ਸੋ ਸਾਰਾ ਯਾਰ ਹਨੇਰਾ ਹੀ ਹਨੇਰਾ ਸੋ ਦੇਖ ਲਓ ਯਾਰ ਕਿੰਨਾ ਹਨੇਰਾ ਇੱਧਰਲੀ ਸਾਈਡ ਦੇਖ ਲਓ ਯਾਰ ਫਲੈਟ ਪੂਰੇ ਖਾਲੀ ਆ ਕੋਈ ਨਹੀਂ ਰਹਿੰਦਾ ਆਹ ਦੇਖ ਲਓ ਪੂਰਾ ਖਾਲੀ ਆ ਤੇ ਆਹ ਵੇਖ ਲਓ ਯਾਰ ਕਿੰਨਾ ਡਰਾਵਣਾ ਸੋ ਆਹ ਦੇਖ ਲਓ ਯਾਰ ਆਹ ਵੀ ਗੇਟ ਖੁੱਲ੍ਹਾ ਵਾ ਪਰੰਦਾ ਕੋਈ ਨਹੀਂ ਇੱਧਰਲੀ ਸਾਈਡ ਸੋ ਯਾਰ ਆਹ ਵੇਖੋ 524 ਆਹ ਕੁਆਟਰ ਦਾ ਨੰਬਰ ਆ ਤੇ ਦੇਖ ਲਓ ਯਾਰ ਕਿੰਨਾ ਉੱਜੜਿਆ ਜਿਹਾ ਪਿਆ ਹਨਾ ਗੋਰੀ ਉਹ ਦੇਖ ਲਓ ਆਹ ਵੀ ਕੁਆਟਰ ਦਾ ਇਹੋ ਵਾਲਿਆ ਤੇ ਆਹ ਵੀ ਕੁਆਟਰ ਦਾ ਇਹੋ ਵਾਲਿਆ ਰੰਦਾ ਕੋਈ ਵੀ ਨਹੀਂ ਮੇਰੇ ਆਹ ਵੇਖੋ ਹੱਥ ਕੰਮਾਂ ਲੱਭ ਗਏ ਪਰ ਮੈਨੂੰ ਨਿਸ਼ਾਨ ਦਾ ਨਹੀਂ ਸਮਝ ਲੱਗਾ ਆਹ ਜੇ ਤੱਕ ਪਿਆ ਹਾਂ ਨਿਸ਼ਾਨ ਤੇ ਪਿਆ ਹੈ ਤੱਕ ਸੋ ਯਾਰ ਆਪਾਂ ਦੁਬਾਰਾ ਆ ਲੋਕੇਸ਼ਨ ਦੇ ਉੱਤੇ ਆਏ ਵਾਪਸ ਆ ਹੁਣ ਝਾੜ ਕੇ ਲਾਲ ਹੋਇਆ ਹਾਂ ਥੋੜੀ ਸਕਿਨ ਲਾਲ ਹੋ ਗਈ ਹੈ ਲਾਲ ਹੋ ਗਈ ਪਿੰਡੇ ਤੇ ਵੀ ਨਿਸ਼ਾਨ ਜੇ ਪੈ ਗਏ ਤੇਰੇ ਥੱਲੇ ਪਾਲਾ ਫਿਰ
चली गए। सवाह देखो यार दरखत किन्ना डरावना लगता पा। बाई चांस गोरी तेन हूने इतने चुड़ेल बैठी नजर आ गई चिट्टे कपड़े फिर क्यों ओए आवाज आई कोई सो पता नहीं यार पिछों का आवाज आई तो आप भज गए हूँ इधर न फिर जाके वेखी गुरी वापस नहीं समझा करो नहीं एक बार याद सही दो यार एक बार वेख के दे आइए कुछ नहीं हुंदा चल आ जा आ जा कुछ नहीं हुंदा खलो यो ले वट्टे ना की होना मैं आपां काम वैसे सही नहीं करते मैं दिलेरी दिलेरी के चक्कर च सुबह तुहानू यार आसे पासे दिखाइए हाँ दरखत वेख लो जड़ां वेख लो इहदियां इधर आ जाओ तो आ पा टब जो पिया आखो गाइस पा टब इत पा टब पिया कि है डरावना जहा कि गोरी नौ लगा वा अच्छा भूतिया पा टब के बह गया गोरी सो इदा ही रैन इत पिया पा टब के वड़ गया है ना इन्हें पंगे लै ना ही पंगे लेने गोरी पता नहीं केड़े पंगे लैन ते लगा गोरी बस कर इन्हें पंगे ना लै वैसे अपने तीन चार चीजा हो चुकी मैं भेड़ी भेड़ी आहो सो आप उधरली साइड चलिए तो की आते हैं पटड़िया चलिए पटड़िया लागे पता नहीं हुणे की फील होया फिर दोबारा अहीं उत्थे उधर गए फिर हुण आपां वापस नूं जांदे पए आ यार आ जा आ जा आ जा आ जा छेती आ छेती आ छेती आ निकलिए बहुत भैड़ा फील होया तुहानू पूरी वीडियो खत्म होने दस दें यार टेंपू वाला आंदा ही इत्थे बह जाइए इत्थे बह जाइए शुक्रिया शुक्रिया बस खिलार लवे खिलार ले फ्लैट यार जिथे आप आए ही राती लोकेशन देख लो दिन के समय भी कोई नहीं नजर आया पूरे हर वे खाली रेंदे है जिन्हें भी क्वार्टर है ठीक है बहुत सुनसान जगह सी रात के समय तो बहुत सुनसान ही दिन के समय भी वेख लो ती यार ਕਿੰਨਾ ਸੁਨਸਾਨ ਆ ਆਹ ਏਰੀਏ ਦੇ ਆਏ ਸੀਗੇ ਤੇ ਇਸ ਟਾਈਮ ਮੈਂ ਇਕੱਲਾ ਆਇਆ ਸੀ ਮੈਨੂੰ ਇਹ ਸੀਗੀ ਯਾਰ ਦੀ ਰਾਤ ਦੀ ਵੀਡੀਓ ਤੇ ਤੁਸੀਂ ਵੇਖ ਲਈ ਹਨਾ ਵੀ ਕਿੰਨੀ ਡਰਾਵਣੀ ਜਗ੍ਹਾ ਤੇ ਆਪਾਂ ਪਹੁੰਚੇ ਆ ਤੇ ਮੈਨੂੰ ਇਹ ਸੀਗਾ ਵੀ ਤੁਹਾਨੂੰ ਦਿਨ ਦੇ ਸਮੇਂ ਵੀ ਇੱਕ ਵਾਰੀ ਦਿਖਾ ਦਾਂ ਤੇ ਫਲੈਟ ਦੇਖ ਲਓ ਤੁਸੀਂ ਦਿਨ ਦੇ ਸਮੇਂ ਵੀ ਕਿੰਨੇ ਡਰਾਵਣੇ ਕੋਈ ਨਹੀਂ ਰਹਿੰਦਾ ਆ ਵੇਖ ਲਓ ਜਾੜੀ ਪਈ ਆ ਆਹ ਸੀਗਾ ਜਿੱਥੇ ਆਪਾਂ 524 ਜਿੱਥੇ ਆਪਾਂ ਰਾਤੀ ਖੜੇ ਸੀ ਆਹ ਦੇਖ ਲਓ ਉੱਪਰ ਦਾ ਉੱਪਰ ਕੋਈ ਨਹੀਂ ਨਜ਼ਰ ਆਉਂਦਿਆ ਬੂਹਾ ਖੋਲਿਆ ਸੀ ਆਪਾਂ ਰਾਤੀ ਸੋ ਡੇ ਦੇ ਸਮੇਂ ਵੀਡੀਓ ਬਣਾਉਣੀ ਇਸ ਕਰਕੇ ਜ਼ਰੂਰੀ ਸੀਗੀ ਉਹ ਵੀ ਰਹਿ ਗਈ ਸੀਗੀ ਲੈਣਾ ਵਾਲੀ ਸਾਈਡ ਆਪਾਂ ਗਏ ਨਹੀਂ ਠੀਕ ਆ ਸੋ ਉੱਧਰਲੀ ਸਾਈਡ ਦੇਖ ਲਓ ਇਹਦੀ ਯਾਰ ਲੈਣਾ ਵੀ ਪੈਂਦੀਆਂ ਵਾ ਉੱਧਰਲੀ ਸਾਈਡ ਸੋ ਪਤਾ ਨਹੀਂ ਯਾਰ ਕੀ ਲੱਗਾ ਇੱਕਦਮ ਵਾਜਾਂ ਆਉਣ ਲੱਗ ਪਈ ਦਿਖਿਆ ਕੁਛ ਨਹੀਂ ਸਾਨੂੰ ਵਾਜਾਂ ਹੀ ਆਈ ਜਾਂਦੀਆਂ ਪਈਆਂ ਸੀ ਠੀਕ ਆ